ਤਾਂ ਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ਭਾਰਤ ਬਾਕਸ ਫੈਕਟਰੀ ਦੇ ਨਾਮ ਤੋਂ ਇਹ ਮਸ਼ਹੂਰ ਹੈ ਇਸ ਤੇ 200 ਕਰੋੜ ਦੀ ਧੋਖਾ ਧੜੀ ਕਰਨ ਦੇ ਇਲਜ਼ਾਮ ਲੱਗੇ ਨੇ ਈਡੀ ਦੇ ਵੱਲੋਂ ਅੱਜ ਫੈਕਟਰੀ ਦੇ ਵਿੱਚ ਰੇਡ ਮਾਰੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਨਾਲ ਨਾਲ ਹੋਰ ਕਈ ਸੂਬਿਆਂ ਦੇ ਵਿੱਚ ਭਾਰਤ ਪੇਪਰਸ ਲਿਮਟਿਡ ਦੀਆਂ ਟਿਕਾਣਿਆਂ ਤੇ ਈਡੀ ਦੇ ਵੱਲੋਂ ਰੇਡ ਮਾਰੀ ਗਈ ਦਰਅਸਲ ਇਹਨਾਂ ਤੇ 200 ਕਰੋੜ ਰੁਪਏ ਦੀ ਧੋਖਾ ਧੜੀ ਕਰਨ ਦੇ ਇਲਜ਼ਾਮ ਲੱਗੇ ਨੇ ਤਿੰਨ ਸੂਬਿਆਂ ਦੇ ਵਿੱਚ 9 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਈਡੀ ਦੇ ਵੱਲੋਂ ਭਾਰਤ ਪੇਪਰਸ ਲਿਮਟਿਡ ਤੇ ਰੇਡ ਕੀਤੀ ਗਈ ਹੈ ਵੱਡੀ ਖਬਰ ਹੈ ਲੁਧਿਆਣਾ ਵਿਖੇ ਭਾਰਤ ਪੇਪਰਸ ਲਿਮਟਿਡ ਦੀ ਫੈਕਟਰੀ ਤੇ ਰੇਡ ਮਾਰੀ ਗਈ ਹੈ ਸਤੰਬਰ 2006 ਦੇ ਵਿੱਚ ਭਾਰਤ ਪੇਪਰ ਲਿਮਟਿਡ ਨੇ ਜੰਮੂ ਅਤੇ ਲੁਧਿਆਣਾ ਦੇ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ ਸੀ ਕੰਪਨੀ ਦੇ ਦੋਸ਼ ਹੈ ਕਿ ਇਸ ਤੇ ਡਾਇਰੈਕਟਰਾਂ ਨੇ ਕਈ ਬੈਂਕਾਂ ਦੇ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਭਾਰਤ ਪੇਪਰਸ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ ਪ੍ਰਵੀਨ ਕੁਮਾਰ ਬਲਜਿੰਦਰ ਸਿੰਘ ਅਤੇ ਅਨਿਲ ਕੁਮਾਰ ਅਨਿਲ ਕਸ਼ਯਪ ਹਨ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਈਡੀ ਸਵੇਰ ਤੜਕਸਾਰ 7:30 ਵਜੇ ਲੁਧਿਆਣਾ ਦੇ ਭਾਮੀਆਂ ਰੋਡ ਤੇ ਸਥਿਤ ਭਾਰਤ ਬਾਕਸ ਫੈਕਟਰੀ ਪਹੁੰਚੀ ਉੱਥੇ ਇਹਨਾਂ ਨੇ ਰੇਡ ਮਾਰੀ ਕੱਲੀ ਕੱਲੀ ਫਾਈਲ ਦੀ ਚੈਕਿੰਗ ਕੀਤੀ ਗਈ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਜਿਹੜੇ ਦੋਸ਼ ਭਾਰਤ ਪੇਪਰ ਲਿਮਟਿਡ ਤੇ ਲੱਗ ਰਹੇ ਨੇ ਯਾਨੀ ਕਿ BPL ਕੰਪਨੀ ਤੇ ਲੱਗ ਰਹੇ ਨੇ ਉਹ ਸੱਚ ਸਾਬਤ ਹੁੰਦੇ ਨੇ ਕਿ ਨਹੀਂ ਈਡੀ ਜਾਂਚ ਕਰ ਰਹੀ ਹੈ ਥਾਂ ਥਾਂ ਤੇ ਰੇਡ ਮਾਰ ਰਹੀ ਹੈ ਤਾਂ 200 ਕਰੋੜ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ BPL ਕੰਪਨੀ ਤੇ ਲੱਗੇ ਨੇ ਜਿਸ ਦੀ ਇੱਕ ਬਹੁਤ ਵੱਡੀ ਫੈਕਟਰੀ ਲੁਧਿਆਣਾ ਦੇ ਵਿਖੇ ਸਥਿਤ ਹੈ ਤਾਂ ਲੁਧਿਆਣਾ ਦੀ ਭਾਰਤ ਪੇਪਰ ਲਿਮਟਿਡ ਭਾਰਤ ਬਾਕਸ ਫੈਕਟਰੀ ਦੇ ਨਾਮ ਤੋਂ ਇਹ ਮਸ਼ਹੂਰ ਹੈ ਇਸ ਤੇ 200 ਕਰੋੜ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ ਨੇ ਈਡੀ ਦੇ ਵੱਲੋਂ ਅੱਜ ਫੈਕਟਰੀ ਦੇ ਵਿੱਚ ਰੇਡ ਮਾਰੀ ਗਈ ਹੈ ਦੱਸ ਦਈਏ ਕਿ ਪੰਜਾਬ ਦੇ ਨਾਲ ਨਾਲ ਹੋਰ ਕਈ ਸੂਬਿਆਂ ਦੇ ਵਿੱਚ ਭਾਰਤ ਪੇਪਰਸ ਲਿਮਟਿਡ ਦੀਆਂ ਟਿਕਾਣਿਆਂ ਤੇ ਈਡੀ ਦੇ ਵੱਲੋਂ ਰੇਡ ਮਾਰੀ ਗਈ ਦਰਅਸਲ ਇਹਨਾਂ ਤੇ 200 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ ਨੇ ਤਿੰਨ ਸੂਬਿਆਂ ਦੇ ਵਿੱਚ 9 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਈਡੀ ਦੇ ਵੱਲੋਂ ਭਾਰਤ ਪੇਪਰਸ ਲਿਮਟਿਡ ਤੇ ਰੇਡ ਕੀਤੀ ਗਈ ਹੈ ਵੱਡੀ ਖਬਰ ਹੈ ਲੁਧਿਆਣਾ ਵਿਖੇ ਭਾਰਤ ਪੇਪਰਸ ਲਿਮਟਿਡ ਦੀ ਫੈਕਟਰੀ ਤੇ ਰੇਡ ਮਾਰੀ ਗਈ ਹੈ ਸਤੰਬਰ 2006 ਦੇ ਵਿੱਚ ਭਾਰਤ ਪੇਪਰ ਲਿਮਟਿਡ ਨੇ ਜੰਮੂ ਅਤੇ ਲੁਧਿਆਣਾ ਦੇ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ ਸੀ ਕੰਪਨੀ ਦੇ ਦੋਸ਼ ਹੈ ਕਿ ਇਸ ਤੇ ਡਾਇਰੈਕਟਰਾਂ ਨੇ ਕਈ ਬੈਂਕਾਂ ਦੇ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਭਾਰਤ ਪੇਪਰਸ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ ਪ੍ਰਵੀਨ ਕੁਮਾਰ ਬਲਜਿੰਦਰ ਸਿੰਘ ਅਤੇ ਅਨਿਲ ਕੁਮਾਰ ਅਨਿਲ ਕਸ਼ਯਪ ਹਨ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਈਡੀ ਸਵੇਰ ਤੜਕਸਾਰ 7:30 ਵਜੇ ਲੁਧਿਆਣਾ ਦੇ ਭਾਮੀਆਂ ਰੋਡ ਤੇ ਸਥਿਤ ਭਾਰਤ ਬਾਕਸ ਫੈਕਟਰੀ ਪਹੁੰਚੀ ਉੱਥੇ ਇਹਨਾਂ ਨੇ ਰੇਡ ਮਾਰੀ ਕੱਲੀ ਕੱਲੀ ਫਾਈਲ ਦੀ ਚੈਕਿੰਗ ਕੀਤੀ ਗਈ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਜਿਹੜੇ ਦੋਸ਼ ਭਾਰਤ ਪੇਪਰ ਲਿਮਟਿਡ ਤੇ ਲੱਗ ਰਹੇ ਨੇ ਯਾਨੀ ਕਿ BPL ਕੰਪਨੀ ਤੇ ਲੱਗ ਰਹੇ ਨੇ ਉਹ ਸੱਚ ਸਾਬਤ ਹੁੰਦੇ ਨੇ ਕਿ ਨਹੀਂ ਈਡੀ ਜਾਂਚ ਕਰ ਰਹੀ ਹੈ ਥਾਂ ਥਾਂ ਤੇ ਰੇਡ ਮਾਰ ਰਹੀ ਹੈ ਤਾਂ 200 ਕਰੋੜ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ BPL ਕੰਪਨੀ ਤੇ ਲੱਗੇ ਨੇ ਜਿਸ ਦੀ ਇੱਕ ਬਹੁਤ ਵੱਡੀ ਫੈਕਟਰੀ ਲੁਧਿਆਣਾ ਦੇ ਵਿਖੇ ਸਥਿਤ ਹੈ।